ਫਸਲਾਂ ਨੂੰ ਨਸ਼ਟ ਕਰਨ ਵਾਲੇ ਟਿੱਡੀ ਦਲ ਤੋਂ ਪੰਜਾਬ ਦੀਆਂ ਫਸਲਾਂ ਨੂੰ ਕਿਸ ਤਰ੍ਹਾਂ ਬਚਾਇਆ ਜਾਵੇਗਾ ਇਸ ਦੇ ਲਈ ਜ਼ਿਲ੍ਹਾ ਪਠਾਨਕੋਟ ਦੇ ਬਾਰਡਰ ਇਲਾਕੇ ਵਿੱਚ ਟਿੱਡੀ ਦਲ ਨਾਲ ਨਜਿੱਠਣ ਲਈ ਕਈ ਪਿੰਡਾਂ ਵਿੱਚ ਮੌਕ ਡਰਿੱਲ ਕਰਵਾਈ ਜਾਵੇਗੀ। ਖੇਤੀਬਾੜੀ ਅਫਸਰਾਂ ਵੱਲੋਂ ਸਰਹੱਦੀ ਇਲਾਕੇ ਦੇ ਕਿਸਾਨਾਂ ਨੂੰ ਕਈ ਤਰ੍ਹਾਂ ਦੇ ਯੰਤਰਾਂ ਤੇ ਟਰੈਕਟਰਾਂ ਨਾਲ ਛਿੜਕਾਅ ਰਾਹੀਂ ਟਿੱਡੀ ਦਲ ਤੋਂ ਬਚਾਅ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਜਾਵੇਗਾ। ਸਾਡਾ ਬਾਰਡਰ ਦੇ ਨਾਲ ਲੱਗਦਾ ਹੋਇਆ ਇਲਾਕਾ ਹੈਗਾ। ਬਾਕੀ ਸਾਡੇ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਡਾਕਟਰ ਸਾਹਿਬ ਨੇ ਉਹ ਆ ਕੇ ਪਿੰਡਾਂ ਦੇ ਵਿੱਚ ਕੈਂਪ ਲਗਾ ਰਹੇ ਨੇ। ਜਿਹੜੇ ਕਿਸਾਨ ਭਰਾ ਆ ਉਹਨਾਂ ਨੂੰ ਅਵੇਅਰ ਕਰਦੇ ਪਏ ਨੇ ਇਹਦਾ ਜਿਹੜਾ ਟਿੱਡੀ ਦਲ ਦਾ ਜੇ ਸਾਡੇ ਪੰਜਾਬ ਦੇ ਵਿੱਚ ਜਾਂ ਸਾਡੇ ਇਲਾਕੇ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਟਿੱਡੀ ਦਲ ਦਾ ਜ਼ੋਰ ਪੈਂਦਾ ਤਾਂ ਉਹਨੂੰ ਆਪਾਂ ਕਿੱਦਾਂ ਉਹਦੀ ਸਾਂਭ ਕਰਨੀ ਆ ਉਹਦੇ ਬਾਰੇ ਸੁਚੇਤ ਕਰਦੇ ਪਏ ਨੇ ਸਾਡੇ ਐਗਰੀਕਲਚਰ ਡਿਪਾਰਟਮੈਂਟ ਦੇ ਪਿੰਡਾਂ ਪਿੰਡਾਂ ਵਿੱਚ ਆ ਕੇ ਬਹੁਤ ਢੰਗ ਤਰੀਕੇ ਨਾਲ ਸਮਝਾ ਰਿਹਾ ਜ਼ਿਮੀਂਦਾਰ ਭਰਾਵਾਂ ਨੂੰ। ਪੂਰੇ ਇੰਤਜ਼ਾਮ ਹੈਗੇ ਤੁਹਾਡੇ ਕੋਲ? ਹਾਂਜੀ, ਹਾਂ ਦਵਾਈਆਂ ਫਿਰ ਇਹ ਪ੍ਰੋਵਾਈਡ ਕਰਵਾਉਣਗੇ ਸਾਨੂੰ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਵਾਲੇ। ਹਾਂਜੀ, ਮੈਂ ਜੀ ਏਡੀਓ ਅਮਨਦੀਪ ਕੌਰ ਏਡੀਓ। ਅਤੇ ਇੰਤਜ਼ਾਮ ਜੀ ਅਸੀਂ ਕਿਸਾਨਾਂ ਨੂੰ ਪਿੰਡ ਪਿੰਡ ਜਾ ਕੇ ਫੀਲਡ ਵਿਜ਼ਿਟਸ ਕੀਤੀਆਂ ਜਾ ਰਹੀਆਂ ਨੇ ਕਿ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਅਸਲ ਵਿੱਚ ਤੁਹਾਨੂੰ ਕੀ ਕੁਛ ਕਰਨ ਦੀ ਲੋੜ ਹੈ, ਕਿਹੜੀ ਕਿਹੜੀ ਦਵਾਈਆਂ ਰਿਕਮੈਂਡਡ ਨੇ, ਅਤੇ ਕਿਹਨਾਂ ਕਿਹਨਾਂ ਦੀ ਅਸੀਂ ਸਪਰੇ ਤੁਹਾਡੇ ਨਾਲ ਆ ਕੇ ਪੂਰਾ ਰਾਬਤਾ ਕੀਤਾ ਜਾ ਰਿਹਾ ਜੀ ਕਿਸਾਨਾਂ ਨਾਲ। ਅਤੇ ਹੁਣ ਇਹਨਾਂ ਨੂੰ ਇੱਕ ਮੌਕ ਡਰਿੱਲ ਕਰਕੇ ਦਿਖਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਇਸੇ ਤਰ੍ਹਾਂ ਫਰਕ ਸਮਝਾਇਆ ਜਾ ਰਿਹਾ ਕਿ ਗਰਾਸ ਹੋਪਰ ਜਾਂ ਹੋਰ ਕਿਸੇ ਦੂਜੀਆਂ ਟਿੱਡੀਆਂ ਵਿੱਚ ਅਤੇ ਅਸਲ 'ਚ ਟਿੱਡੀ ਦਲ ਵਾਲੀ ਟਿੱਡੀ ਵਿੱਚ ਕੀ ਫਰਕ ਆ। ਜਿਹੜੇ ਬਾਰਡਰ ਦੇ ਬਮਿਆਲ ਇਲਾਕਾ ਸਾਡਾ ਬਮਿਆਲ ਨਰੋਟ ਜੈਮਲ ਸਿੰਘ ਆ, ਉਹ 'ਚ 15 ਪਿੰਡ ਨੇ ਜਿਹੜੇ ਵਿੱਚ ਜਿਹੜੇ ਬਾਰਡਰ ਦੇ ਨਾਲ ਨਾਲ ਲੱਗਦੇ ਨੇ। ਅਤੇ ਉਹਨਾਂ ਵਿੱਚ ਇੱਕ ਪਿੰਡਾਂ ਦੇ ਵਿੱਚ ਸਰਵੇ ਕੀਤਾ ਜਾ ਰਿਹਾ ਵੱਖ ਵੱਖ ਟੀਮਾਂ ਬਣਾ ਕੇ ਖੇਤੀਬਾੜੀ ਵਿਭਾਗ ਵੱਲੋਂ, ਬਾਗਬਾਨੀ ਵਿਭਾਗ ਵੱਲੋਂ, ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ, ਅਤੇ ਉਹ ਸਾਰੀ ਜਿਹੜੀ ਆ ਸਰਵੇ ਕਰਕੇ ਔਰ ਡੇਲੀ ਰਿਪੋਰਟ ਜਿਹੜੀ ਆ ਉਹ ਮੁੱਖ ਖੇਤੀਬਾੜੀ ਅਫਸਰ ਨੂੰ ਭੇਜੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਸਾਹਿਬਾ ਜਿਹੜੇ ਆ ਉਹ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਭੇਜ ਰਹੇ ਆ। ਫਿਲਹਾਲ ਅਜੇ ਤੱਕ ਸਾਨੂੰ ਕੋਈ ਇਹੋ ਜਿਹੀ ਕੋਈ ਲੱਭਿਆ ਨਹੀਂ ਕਿਤੇ ਵੀ। ਅਤੇ ਉਹਦੇ ਬਾਅਦ ਦਵਾਈਆਂ ਦਾ ਜਿਹੜੀ ਦਵਾਈਆਂ ਲੋੜੀਂਦੀਆਂ ਨੇ ਉਹਦੇ ਵਾਸਤੇ ਪ੍ਰਬੰਧ ਬਿਲਕੁਲ ਕਰ ਲਿਆ ਗਿਆ, ਮਾਰਕਫੈਡ ਵੱਲੋਂ ਪ੍ਰਬੰਧ ਕੀਤਾ ਗਿਆ ਵਾ, ਉਹਨਾਂ ਕੋਲ ਪ੍ਰੋਪਰ ਸਟੋਕ ਹੈਗਾ ਵਾ, ਜਦੋਂ ਵੀ ਲੋੜ ਪੈ ਗਈ ਆਪਾਂ ਜਿਹੜਾ ਉਹਦੀ ਵਰਤ ਸਕਦੇ ਹਾਂ। ਨਹੀਂ, ਪਿੰਡਾਂ ਦੇ ਵਿੱਚ ਅਸੀਂ ਜਿਹੜਾ ਅਵੇਅਰਨੈਸ ਕੰਪੇਨ ਚਲਾਈ ਗਈ ਆ ਪਿੰਡਾਂ ਦੇ ਵਿੱਚ ਜਾ ਕੇ, ਇੱਕ ਤਾਂ ਉਹਨਾਂ ਨੂੰ ਜ਼ਿਮੀਂਦਾਰਾਂ ਨੂੰ ਅਵੇਅਰ ਕਰੀਦਾ ਵੀ ਕਿੱਦਾਂ ਉਹਨੂੰ ਆਉਂਦਾ ਵਾ, ਕਿੱਦਾਂ ਕੀ ਉਹਦੀ ਪਹਿਚਾਣ ਕੀ ਆ, ਕਿਉਂਕਿ ਆਮ ਕਰਕੇ ਹੁੰਦਾ ਕਿ ਅੱਜ ਕੱਲ੍ਹ ਛੋਟਾ ਛੋਟਾ ਜਿਹੜਾ ਗਰੋਸ ਹੋਪਰ ਉਹ ਵੀ ਆ ਰਿਹਾ, ਅਤੇ ਜ਼ਿਮੀਂਦਾਰ ਦੇ ਵਿੱਚ ਜਿਹੜਾ ਇੱਕ ਡਰ ਆ ਪਤਾ ਨਹੀਂ ਕੀ ਵੀ ਇਹ ਨਹੀਂ ਟਿੱਡੀ ਦਲ, ਉਹਨਾਂ ਨੂੰ ਕਿਹਾ ਕਿ ਨਹੀਂ ਇਹ ਟਿੱਡੀ ਦਲ ਨਹੀਂ, ਟਿੱਡੀ ਦਲ ਆਹ ਵਾ ਜਿਹੜਾ ਉਹਨੂੰ ਪਛਾਣ ਕਰਾਈ ਜਾ ਰਹੀ ਆ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।